ਅਸੀਂ ਜੀ ਆਏ ਸੀ ਕੱਲ੍ਹ ਤਾਂ ਇੱਥੇ ਠੀਕ ਠਾਕ ਸੀ, ਫੇਰਾ ਫੂਰਾ ਮਾਰ ਕੇ ਗਏ ਹਾਂ, ਕੋਈ ਗੱਲਬਾਤ ਨਹੀਂ ਹੈਗੀ। ਅਤੇ ਜਦੋਂ ਅਸੀਂ ਗਏ ਹਾਂ ਤਾਂ ਮੁੜ ਕੇ ਸਵੇਰੇ ਆਏ ਹਾਂ ਤਾਂ ਤਾਲਾ ਖੁੱਲ੍ਹਾ ਸੀ ਅਤੇ ਗੇਟ ਇਹ ਬੂਹਾ ਖੁੱਲ੍ਹਾ ਸੀ, ਆਣ ਕੇ ਮੋਟਰ ਚਲਾਉਣ ਲੱਗੇ ਨਹੀਂ ਚੱਲੀ, ਤਾਂ ਬਾਅਦ 'ਚ ਵੇਖਿਆ ਤਾਂ ਸਟਾਰਟਰ ਖੁੱਲ੍ਹਾ, ਟਾਰਫਾਰਮ ਉਹ ਖੁੱਲ੍ਹਾ ਸੀ। ਅੱਜ ਤੋਂ ਲਾ ਲਓ ਸਾਹਿਬ ਵੀ ਅੱਜ 9 ਸਾਲ ਹੋ ਗਏ ਉਦੋਂ ਮੱਝਾਂ ਖੁੱਲ੍ਹ ਗਈਆਂ, ਸਾਡਾ ਸਾਰਾ ਹੀ ਉੱਧਰ ਕੰਧ ਢਾਹ ਢੂਹ ਕੇ। ਬਾਅਦ 'ਚ ਉਹ ਸਾਡਾ ਹੈਗਾ ਵਾ ਪੱਖਾ, ਉੱਥੋਂ ਇੰਜਨ ਦੇ ਉੱਤੋਂ ਪੱਖੇ 3 ਲਾਏ 4। ਬਾਅਦ ਕਿਸੇ ਨੇ ਸੁਣਾਉਣੀ ਨਹੀਂ ਕੀਤੀ, ਕੋਈ ਪੁਲਿਸ ਵਾਲਾ ਨਹੀਂ ਆਇਆ, ਕੋਈ ਕਿਸੇ ਨੇ ਨਹੀਂ ਕੀਤਾ। ਬਾਅਦ 'ਚ ਹੁਣ ਦੇਖ ਲਓ ਵੀ ਅਸੀਂ ਕੱਲ੍ਹ ਦਾ ਰਾਤ ਸਵੇਰ ਦਾ ਹੀ ਕਦੋਂ ਦਾ ਦੇ ਬਲ ਕਲਪਣ ਵੀ ਤੁਸੀਂ ਆਣ ਕੇ ਦੇਖੋ ਸੁਣੋ, ਕੋਈ ਮੌਕਾ ਦੇਖੋ। ਕਿਸੇ ਨੇ ਮੌਕਾ ਨਹੀਂ ਵੇਖਿਆ, ਕੋਈ ਨਹੀਂ ਆਇਆ। ਅਤੇ ਸਾਨੂੰ ਤੁਸੀਂ ਕਾਰਵਾਈ ਹੋਣੀ ਚਾਹੀਦੀ ਪੂਰੀ, ਅਤੇ ਪੂਰਾ ਮਤਲਬ ਵੀ ਇੱਥੇ ਉਮਰਪੁਰ ਪਿੰਡ ਆ ਅਤੇ ਡਾਕਖਾਨਾ ਵੀ ਉਮਰਪੁਰ, ਅੱਗੇ ਵੀ ਇੱਥੇ ਚੋਰੀਆਂ ਹੁੰਦੀਆਂ ਰਹਿੰਦੀਆਂ, ਬਹੁਤ ਹੁੰਦੀਆਂ ਚੋਰੀਆਂ। ਕੋਈ ਕਾਰਵਾਈ ਅਸੀਂ ਕਦੇ ਪੁਲਿਸ ਵੇਖੀ ਨਹੀਂ ਵੀ ਇੱਥੇ ਆਉਂਦੀ ਹੈ ਜਾਂ ਨਹੀਂ ਆਉਂਦੀ। ਕਦੀ ਕਿਸੇ ਦੀਆਂ ਜਨਾਨੀਆਂ ਦੀਆਂ ਆਈਆਂ ਬਾਲੀਆਂ ਲਾ ਲਈਆਂ, ਕਦੀ ਕਿਸੇ ਦੀਆਂ ਚੂੜੀਆਂ ਲਾ ਲਈਆਂ। ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ, ਕੋਈ 4-5 ਮੁੰਡੇ ਹੈ, ਇਹਨਾਂ ਦਾ ਕੰਮ ਹੈ ਵੀ ਇੱਥੇ ਕਾਰਵਾਈ ਕਰਨੀ। ਅਸੀਂ ਇਹ ਸਰਕਾਰ ਕੋਲ ਮੰਗ ਕਰਦੇ ਹਾਂ ਵੀ ਸਾਡੇ ਜਿੰਨਾ ਨੁਕਸਾਨ ਹੋਇਆ ਉਹਦਾ ਹਰਜਾਨਾ ਭਰਨ, ਉਹਨਾਂ ਨੂੰ ਫੜਨ ਅਤੇ ਉਹਨਾਂ ਦੀ ਕਾਰਵਾਈ ਕਰਨ। ਰਾਤ ਗਏ ਬੜਾ ਵਧੀਆ, ਇੱਥੋਂ ਮੋਟਰ ਸਹੀ ਸਲਾਮਤ ਨਾਲ ਛੱਡ ਗਏ। ਜਦੋਂ ਸਵੇਰੇ 6 ਵਜੇ ਆਏ ਹੈ, ਅੰਦਰ ਵੜਿਆ ਤਾਲਾ ਖੁੱਲ੍ਹਾ ਸੀ, ਜੇ ਦੇਖਿਆ ਮੋਟਰ ਚਲਾਉਣ ਲੱਗੇ, ਮੋਟਰ ਨਹੀਂ ਚੱਲੀ, ਖੰਭੇ ਵੱਲ ਧਿਆਨ ਮਾਰਿਆ, ਟਰਮਨ ਥੱਲੇ ਡਿੱਗਾ ਸੀ, ਸਾਰਾ ਸਮਾਨ ਕੱਢ ਲਿਆ ਵਿੱਚੋਂ। ਪਹਿਲਾਂ ਵੀ 2-3-4 ਵਾਰੀ ਮੇਰੀਆਂ ਮੱਝਾਂ ਨਿਕਲ ਗਈਆਂ, 2-3 ਵਾਰੀ ਪੱਖੇ ਲੱਥ ਗਏ, ਬਹੁਤ 2-3 ਵਾਰੀ ਕੀਤੀ, ਕੋਈ ਹਾਰੀ ਸੁਣਾਈ ਨਹੀਂ ਹੋਈ, ਕੋਈ ਮੌਕਾ ਦੇਖਣ ਕੋਈ ਨਹੀਂ ਆ ਰਿਹਾ, ਨਹੀਂ ਅੱਜ ਤੱਕ ਕੋਈ ਨਹੀਂ ਪਹੁੰਚੀ। ਸਵੇਰ ਦੇ ਤਾਂ ਕੱਲ ਪਾਉਂਦਾ ਹੈ, ਤੁਸੀਂ ਮੰਗ ਇਹੋ ਕਰਦੇ, ਸਾਡੇ ਹਰਜਾਨਾ ਹੋਣਾ ਚਾਹੀਦਾ, ਉਹਨਾਂ ਨੂੰ ਫੜਨੀ ਚਾਹੀਦੀ।